ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰੂ ਦੇਵ, ਧੰਨ ਗੁਰੂ ਦੇਵ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਅੱਜ ਅਸੀਂ ਪਿੰਡ ਹਰਦਾਸਪੁਰ ਦੇ ਵਿੱਚ ਖੜ੍ਹੇ ਹਾਂ, ਕਿਉਂਕਿ ਜਿਹੜਾ ਆਪਾਂ ਦਿੱਲੀ ਦੇ ਵਿੱਚ ਗੁਰੂ ਰਵਿਦਾਸ ਮੰਦਰ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਸੁਪਰੀਮ ਕੋਰਟ ਦੇ ਜੱਜ ਦੇ ਥਰੂ ਜਿਹੜਾ ਤੁੜਵਾਇਆ ਗਿਆ ਸੀ, ਉਹਦੀ ਜਿਹੜਾ ਲਗਾਤਾਰ ਅੰਦੋਲਨ ਚੱਲ ਰਹੇ ਆ। 10 ਤਰੀਕ ਤੋਂ ਜਿਹੜਾ ਲਗਾਤਾਰ ਸੰਗਤ ਅੰਦੋਲਨ ਕਰ ਰਹੀ ਆ। 10 ਤਰੀਕ ਨੂੰ ਪ੍ਰੋਟੈਸਟ ਕੀਤਾ, 13 ਤਰੀਕ ਨੂੰ ਪੰਜਾਬ ਬੰਦ ਕੀਤਾ, ਉਸ ਤੋਂ ਬਾਅਦ 19 ਤਰੀਕ ਨੂੰ ਦਿੱਲੀ ਦੇ ਵਿੱਚ ਪ੍ਰੋਟੈਸਟ ਹੋਇਆ, 21 ਤਰੀਕ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਭਰਮਾ ਇਕੱਠ ਹੋਇਆ, ਔਰ 24 ਤਰੀਕ ਨੂੰ ਅਸੀਂ ਇੱਥੋਂ ਦੇ ਰਾਜ ਮੰਤਰੀ ਜਿਹੜੇ ਲੋਕ ਸਭਾ ਹੁਸ਼ਿਆਰਪੁਰ ਤੋਂ ਮਿਸਟਰ ਸੋਮ ਪ੍ਰਕਾਸ਼ ਜੀ, ਜਿਹੜੇ ਸਮਾਜ ਦੀ ਵੀ ਨੁਮਾਇੰਦਗੀ ਕਰ ਰਹੇ ਆ ਔਰ ਪੰਜਾਬ ਦੀ ਵੀ, ਉਹਨਾਂ ਦੇ ਘਰ ਦਾ ਅਸੀਂ ਘਰਾਓ ਕੀਤਾ ਸੀ। ਉਸ ਤੋਂ ਬਾਅਦ ਵਿੱਚ ਉਸ ਦਿਨ ਵੀ ਜਿਹੜਾ ਹੈਗਾ ਉਹ ਨਹੀਂ ਮਿਲੇ, ਕਹਿਣ ਲੱਗ ਪਏ, ਆਏ ਉਹ ਤਾਂ ਇੱਥੇ ਹੀ ਸੀ, ਲੇਕਿਨ ਕਹਿਣ ਲੱਗ ਪਏ ਸੀ ਵੀ ਅਰੁਣ ਜੇਤਲੀ ਜਿਹੜੇ ਸਾਬਕਾ ਖਜ਼ਾਨਾ ਮੰਤਰੀ ਹੈ ਵੀ ਉਹਨਾਂ ਦੀ ਮੌਤ ਹੋ ਗਈ ਹੈ, ਇਸ ਕਰਕੇ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ। 28 ਤਰੀਕ ਨੂੰ ਫਿਰ ਉਹਨਾਂ ਦੇ ਘਰ ਦਾ ਘਰਾਓ ਕੀਤਾ ਸੀ, ਉਸ ਦਿਨ ਵੀ ਉਹ ਜਿਹੜਾ ਆ ਉਹ ਨਹੀਂ ਆਏ। ਤਾਂ ਅੱਜ ਔਰ ਉਦਣ ਅਸੀਂ ਇਹ ਗੱਲ ਕਹੀ ਸੀ ਵੀ ਜਿੱਥੇ ਵੀ ਸਾਨੂੰ ਮਿਲੇ ਟੱਕਰਾਂਗੇ ਜ਼ਰੂਰ। ਤੋ ਅੱਜ ਅਸੀਂ ਹਰਦਾਸਪੁਰ ਪਿੰਡ ਦੇ ਵਿੱਚ, ਅੱਜ ਸਾਨੂੰ ਪਤਾ ਲੱਗਾ ਸੀ ਵੀ ਸੋਮ ਪ੍ਰਕਾਸ਼ ਜੀ ਇੱਥੇ ਆ ਰਹੇ ਆ, ਤੋ ਅਸੀਂ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚ ਗਏ ਸੀ। ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਇੱਥੇ ਲੱਗੀ ਹੋਈ ਸੀ। ਅਸੀਂ 1.5 ਘੰਟਾ ਬਾਰਿਸ਼ ਦੇ ਵਿੱਚ ਖੜ੍ਹੇ ਰਹੇ। ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ, ਮਾਤਾਵਾਂ, ਭੈਣਾਂ, ਵੀਰ, ਬਜ਼ੁਰਗ ਸਾਰਿਆਂ ਨੇ ਜਿਹੜਾ 1.5 ਘੰਟਾ ਬਾਰਿਸ਼ ਦੀ ਪਰਵਾਹ ਨਹੀਂ ਕੀਤੀ, ਖੜ੍ਹੇ ਰਹੇ ਉਹਨਾਂ ਦੀ ਗੱਡੀਆਂ ਦੇ ਸਾਹਮਣੇ ਖੜ੍ਹੇ ਰਹੇ ਹਾਂ, ਔਰ ਇਸ ਕਰਕੇ ਖੜ੍ਹੇ ਰਹੇ ਸੀ ਵੀ ਅਸੀਂ ਆਪਣੀ ਗੱਲ ਜਿਹੜੀ ਆ ਉਹ ਉਹਨਾਂ ਕੋਲੋਂ ਜ਼ਰੂਰ ਪੁੱਛਣੀ ਆ। ਪਤਾ ਨਹੀਂ ਕਿਹੜੀ ਗੱਲ ਦਾ ਡਰ ਸੀ, ਮਿਲਣ ਤੋਂ ਕਿਉਂ ਭੱਜਦੇ ਸੀ, ਅਤੇ 1.5 ਘੰਟੇ ਬਾਅਦ ਸਾਨੂੰ ਜਿਹੜਾ ਮਿਲਣ ਦਾ ਸਮਾਂ ਮਿਲਿਆ, ਔਰ 1.5 ਘੰਟੇ ਬਾਅਦ ਅਸੀਂ ਜਦੋਂ ਮਿਲੇ ਹਾਂ, ਦੋ ਹੀ ਸਵਾਲ ਜਿਹੜੇ ਅਸੀਂ ਉਦਣ ਦੇ ਪੁੱਛ ਰਹੇ ਹਾਂ, ਦੋ ਸਵਾਲ ਹੀ ਅੱਜ ਉਹਨਾਂ ਤੋਂ ਪੁੱਛਣੇ ਸੀ। ਪਹਿਲਾ ਸਵਾਲ ਇਹ ਪੁੱਛਿਆ ਸੀ ਵੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਗੁਰੂ ਰਵਿਦਾਸ ਮੰਦਰ ਨੂੰ ਢਾਇਆ ਗਿਆ, ਤੁਸੀਂ ਪੰਜਾਬ ਦੀ ਔਰ ਸਮਾਜ ਦੀ ਨੁਮਾਇੰਦਗੀ ਕੇਂਦਰ ਦੇ ਵਿੱਚ ਕਰ ਰਹੇ ਹੋ, ਤਾਂ ਤੁਸੀਂ ਸਾਨੂੰ ਲਾਰੇ ਲੱਪਿਆਂ ਦੀ ਬਜਾਏ ਟਾਈਮ ਬਾਉਂਡ ਦੱਸੋ ਕਿ ਗੁਰੂ ਰਵਿਦਾਸ ਜੀ ਦਾ ਗੁਰੂ ਘਰ ਜਿਹੜਾ ਆ ਉਹ ਕਿੰਨੇ ਦਿਨਾਂ ਦੇ ਵਿੱਚ ਮੁੜ ਉਸਾਰਿਆ ਜਾਏਗਾ। ਤੋ ਜਦੋਂ ਮੁੜ ਉਸਾਰਿਆ ਜਾਣ ਦੀ ਟਾਈਮ ਬਾਉਂਡ ਦੀ ਗੱਲ ਕੀਤੀ ਤਾਂ ਦੂਜੇ ਸਵਾਲ ਤੱਕ ਗੱਲ ਨਹੀਂ ਬਣਜੀ। ਪਹਿਲੇ ਸਵਾਲ ਤੋਂ ਹੀ ਉਹਨਾਂ ਨੇ ਕਹਿਤਾ ਕਿ ਮੈਂ ਟਾਈਮ ਬਾਉਂਡ ਨਹੀਂ ਕਹਿ ਸਕਦਾ, ਕਿਉਂਕਿ ਮਾਮਲਾ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਆ, 11 ਤਰੀਕ ਉਹਦੀ ਪਈ ਆ। ਮੈਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਜਿਹੜੀ ਉੱਥੇ ਮੈਂ ਉਹਨਾਂ ਨੂੰ ਕਹੀ ਵੀ ਇਹ ਗੱਲ ਵੀ ਸੁਪਰੀਮ ਕੋਰਟ ਸੁਪਰੀਮ ਨਹੀਂ, ਸੁਪਰੀਮ ਜਿਹੜਾ ਆ ਪਾਵਰ ਆ ਉਹ ਲੋਕ ਸਭਾ ਦੇ ਮੈਂਬਰ ਆ, ਤੁਸੀਂ ਲੋਕ ਸਭਾ ਦੇ ਮੈਂਬਰ ਹੋ, ਸਾਡੇ ਲਈ ਤੁਸੀਂ ਸੁਪਰੀਮ ਹੋ, ਤੁਸੀਂ ਲੋਕ ਸਭਾ ਦੇ ਵਿੱਚ ਜਿਹੜਾ ਕੋਈ ਵੀ ਕਾਨੂੰਨ ਪਾਸ ਕਰਦੇ ਹੋ, ਕੋਈ ਵੀ ਬਿੱਲ ਪਾਸ ਕਰਦੇ ਹੋ, ਉਹ ਸੁਪਰੀਮ ਕੋਰਟ ਨੂੰ ਮੰਨਣਾ ਪਏਗਾ। ਲੇਕਿਨ ਉਹ ਇਸ ਗੱਲ 'ਤੇ ਤਾਂ ਆਉਂਦੇ ਹੀ ਨਹੀਂ, ਉਹ ਕਹੀ ਜਾਂਦੇ ਆ ਨਹੀਂ ਜੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਗਿਆ, ਅਸੀਂ ਉੱਥੇ ਬੜੀ ਜ਼ੋਰ ਦੇ ਨਾਲ ਲੜਾਂਗੇ ਸੁਪਰੀਮ ਕੋਰਟ 'ਚ, ਸਾਰੇ ਤੱਥ ਜਿਹੜੇ ਆ ਉਹ ਕਲੀਅਰ ਕਰੇ। ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਦੱਸੋ DDA ਕੇਂਦਰ ਦੇ ਅਧੀਨ ਆ, ਕਹਿੰਦੇ ਹਾਂਜੀ ਹੈਗਾ। ਮੈਂ ਕਿਹਾ DDA, ਮੰਨ ਲਓ ਲੜਾਈ ਸੁਪਰੀਮ ਕੋਰਟ 'ਚ ਚੱਲਦੀ ਸੀ, ਇੱਕ ਪਾਸੇ ਮੰਦਰ ਪ੍ਰਬੰਧਕ ਕਮੇਟੀ ਸੀ, ਦੂਸਰੇ ਪਾਸੇ DDA ਸੀ, ਦੋਨੋਂ ਇਹ ਕਹਿੰਦੇ ਸੀ ਵੀ ਸਾਡੀ ਚੀਜ਼ ਆ, ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਚੀਜ਼ ਜਿਹੜੀ ਆ DDA ਦੀ ਆ। ਹੁਣ DDA ਕੋਲ ਆਹ ਚੀਜ਼ ਪਈ ਆ, ਉਹ ਕਹਿੰਦਾ ਮੈਂ ਇਹਨੂੰ ਦੇਤੀ, ਤਾਂ ਫਿਰ ਇੱਥੇ ਸੁਪਰੀਮ ਕੋਰਟ ਦੀ ਦਖਲਦਾਜੀ ਕਿੱਥੇ ਰਹਿ ਗਈ? ਬਈ DDA ਕੋਲੋਂ ਲਿਖਾਓ, DDA ਕਹੇ ਵੀ ਅਸੀਂ ਗੁਰੂ ਰਵਿਦਾਸ ਮੰਦਰ ਨੂੰ ਆਹ ਜਿਹੜੀ ਜ਼ਮੀਨ ਆ ਉਹ ਦੇ ਦਿੱਤੀ ਆ। ਤੋ ਮੈਨੂੰ ਹੈਰਾਨਗੀ ਇਸ ਗੱਲ ਦੀ ਵੀ ਇਸ ਗੱਲ 'ਤੇ ਵੀ ਉਹ ਨਹੀਂ ਆਏ, ਨਹੀਂ ਜੀ ਅਸੀਂ ਜਵਾਬ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਦੇਵਾਂਗੇ, ਸੁਪਰੀਮ ਕੋਰਟ ਦੇ। ਤੋ ਸਾਥੀਓ, ਅੱਜ ਪਿਕਚਰ ਕਲੀਅਰ ਹੋ ਗਈ ਕਿ ਜਿਹੜੇ ਸਾਡੇ ਸਮਾਜ ਦੇ ਜਿਹੜੇ SC ਸਰਟੀਫਿਕੇਟ ਲਗਾ ਕੇ ਕੇਂਦਰ ਦੇ ਵਿੱਚ ਰਾਜ ਮੰਤਰੀ ਨੇ, ਉਹ ਸਾਡੇ ਸਮਾਜ ਦੇ ਜਿਹੜੇ ਆਗੂ ਨੇ ਉਹ ਕਿੱਥੋਂ ਤੱਕ ਜਿਹੜਾ ਹੈਗਾ ਉਹ ਆਪਣਾ ਜਿਹੜਾ ਜ਼ਿੰਮੇਵਾਰੀ ਨੂੰ ਨਿਭਾ ਰਹੇ, ਇਹ ਗੱਲ ਕਲੀਅਰ ਹੋ ਗਈ ਹੈ। ਤੋ ਮੈਂ ਸਾਰੇ ਸਾਥੀਆਂ ਨੂੰ ਸਨਿਵਰ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਨੂੰ ਕੋਈ ਨੈਕਸਟ ਮੈਸੇਜ ਲਗਾਈਏ ਤਾਂ ਆ ਜਾਇਓ, ਕਿਉਂਕਿ ਇਹ ਗੱਲ ਜਿਹੜੀ ਆ ਇੰਨੀ ਆਸਾਨੀ ਨਾਲ ਬਣਨ ਵਾਲੀ ਨਹੀਂ ਹੈ। ਉਹਨਾਂ ਨੂੰ ਲੱਗਦਾ ਵੀ ਇਹਨਾਂ ਲੋਕਾਂ ਨੇ ਥੋੜ੍ਹੇ ਦਿਨ ਰੌਲਾ ਰੂਲਾ ਪਾ ਕੇ ਹਟ ਜਾਣਾ, ਪਰ ਇੱਦਾਂ ਹੋਏਗਾ ਨਹੀਂ। ਤੁਸੀਂ ਸਾਰੇ ਸਾਥੀ ਜਿਹੜੇ ਜ਼ਿੰਮੇਵਾਰ ਹੋ, ਆਪਾਂ ਲੰਬੇ ਸਮੇਂ ਤੋਂ ਲੜਾਈ ਲੜ ਰਹੇ, ਤਾਂ ਮੈਂ ਇੱਥੇ ਜਿਹੜੀ ਆਪਾਂ ਨਾਰਾ ਲਾਉਂਦੇ ਨੇ ਵੀ ਅਭੀ ਤੋਲੀ ਅੰਗੜਾਈ ਹੈ, ਆਗੇ ਔਰ ਲੜਾਈ ਹੈ, ਹਜੇ ਸ਼ੁਰੂਆਤ ਹੋਈ ਆ, ਅੰਤ ਨਹੀਂ ਹੋਇਆ ਲੜਾਈ ਦਾ। ਤੋ ਸਾਰੇ ਸਾਥੀ ਜਿਹੜੇ ਹੈਗੇ ਆ ਉਹ ਤਿਆਰ ਰਹਿਣ ਜਦੋਂ ਵੀ ਤੁਹਾਨੂੰ ਸੁਨੇਹਾ ਮਿਲਦਾ। ਸਾਰੇ ਸਾਥੀਆਂ ਦਾ ਬਹੁਤ ਬਹੁਤ